ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲ ਲਾਅ ਆਫ ਸਪਲਾਈ। ਲਾਅ ਆਫ ਸਪਲਾਈ ਦਾ ਕੀ ਹੈ, ਜਿਵੇਂ ਅਸੀਂ ਲਾਅ ਆਫ ਡਿਮਾਂਡ ਪੜਿਆ ਸੀਗਾ, ਅਗਰ ਪ੍ਰਾਈਸ ਜ਼ਿਆਦਾ ਹੋਏਗੀ ਤਾਂ ਡਿਮਾਂਡ ਘੱਟ ਹੁੰਦੀ ਹੈ, ਅਗਰ ਪ੍ਰਾਈਸ ਘੱਟ ਹੋਏਗੀ ਤਾਂ ਡਿਮਾਂਡ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਕੀ ਹੈ, ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਸਪਲਾਈ ਔਰ ਪ੍ਰਾਈਸ ਦਾ। ਅਗਰ ਪ੍ਰਾਈਸ ਘੱਟ ਹੈ ਤਾਂ ਸਪਲਾਈ ਵੀ ਘੱਟ ਹੁੰਦੀ ਹੈ, ਅਗਰ ਪ੍ਰਾਈਸ ਜ਼ਿਆਦਾ ਤਾਂ ਸਪਲਾਈ ਵੀ ਜ਼ਿਆਦਾ ਹੁੰਦੀ ਹੈ। ਉੱਧਰ ਸੀਗਾ ਨੈਗੇਟਿਵ, ਇੱਥੇ ਸੀਗਾ ਪੋਜ਼ਿਟਿਵ, ਠੀਕ ਹੈ ਜੀ। ਸਪਲਾਈ ਦਾ ਜਿਹੜਾ ਲਾਅ ਹੈਗਾ ਉਹ ਪੋਜ਼ਿਟਿਵ ਹੈਗਾ, ਆਲਵੇਸ ਅਗਰ ਪ੍ਰਾਈਸ ਜ਼ਿਆਦਾ ਹੋਏਗੀ ਤਾਂ ਸਪਲਾਈ ਵੀ ਜ਼ਿਆਦਾ ਹੋਏਗੀ। ਤੁਹਾਨੂੰ ਜੋ ਹੈ ਇੱਕ ਗ੍ਰਾਫ ਬਣਾ ਕੇ ਦਿਖਾਉਣਾ ਪਏਗਾ, ਇੱਕ ਟੇਬਲ ਤੁਸੀਂ ਬਣਾ ਲਓਗੇ, ਜਿਵੇਂ ਤੁਹਾਡੀ ਬੁੱਕ ਦੇ ਉੱਪਰ ਟੇਬਲ ਬਣਿਆ ਹੋਇਆ, ਦੇਖੋ ਉਹਨਾਂ ਨੇ ਬਣਾਇਆ ਹੈਗਾ। ਅਗਰ ਪ੍ਰਾਈਸ 10 ਰੁਪਏ ਦੀ ਤਾਂ ਸਪਲਾਈ ਵੀ 200 ਸੀ, ਅਗਰ 20 ਹੋਗੀ ਤਾਂ 250 ਹੋਗੀ, 30 ਹੋਗੀ ਤਾਂ 300 ਹੋਗੀ, 40 ਹੋਗੀ ਤਾਂ 350, ਅਗਰ 50 ਹੋਗੀ ਤਾਂ ਸਪਲਾਈ ਵੀ 400 ਹੋਗੀ। ਜਿਵੇਂ ਜਿਵੇਂ ਪ੍ਰਾਈਸ ਇਨਕਰੀਜ਼ ਹੋਏਗੀ, ਸਪਲਾਈ ਵੀ ਇਨਕਰੀਜ਼ ਹੁੰਦੀ ਚਲੀ ਜਾਏਗੀ। ਲੇਕਿਨ ਡਿਮਾਂਡ ਦੇ ਵਿੱਚ ਹੁੰਦਾ, ਅਗਰ ਪ੍ਰਾਈਸ ਇਨਕਰੀਜ਼ ਹੋਏਗੀ ਤਾਂ ਡਿਮਾਂਡ ਘਟਦੀ ਚਲੀ ਜਾਏਗੀ। ਇਹਦਾ ਤੁਸੀਂ ਗ੍ਰਾਫ ਵੀ ਬਣਾਓਗੇ ਨਾਲ, ਜਿਵੇਂ ਤੁਹਾਡੀ ਬੁੱਕ ਦੇ ਵਿੱਚ ਬਣਾਇਆ ਹੋਇਆ, ਪੁਆਇੰਟ ਲਗਾਓਗੇ ਆਲਵੇਸ ਸਲੋਪ ਡਾਊਨ, ਇਹਦਾ ਜਿਹੜਾ ਉੱਪਰ ਨੂੰ ਹੀ ਕਰਵ ਜਾਏਗਾ ਹਮੇਸ਼ਾ ਇਹਦੇ ਨਾਲ, ਠੀਕ ਹੈ। ਸਪਲਾਈ ਦਾ ਠੀਕ ਹੈ, ਅਗਰ ਡਿਮਾਂਡ ਦੀ ਗੱਲ ਹੋਏਗੀ ਤਾਂ ਡਿਮਾਂਡ ਆਲਵੇਸ ਇਸ ਤਰ੍ਹਾਂ, ਜਾਂ ਫਿਰ ਤੁਸੀਂ ਡਿਮਾਂਡ ਇੱਦਾਂ ਵੀ ਲੈ ਸਕਦੇ ਹੈਗੇ ਮੋਸਟਲੀ ਇਸ ਤਰ੍ਹਾਂ, ਠੀਕ ਹੈ। ਪ੍ਰਾਈਸ ਜ਼ਿਆਦਾ ਸੀ ਤਾਂ ਡਿਮਾਂਡ ਘੱਟ, ਅਗਰ ਪ੍ਰਾਈਸ ਘੱਟ ਗਈ ਤਾਂ ਡਿਮਾਂਡ ਇੱਥੇ ਵੱਧ ਜਾਂਦੀ ਹੈਗੀ, ਲੇਕਿਨ ਸਪਲਾਈ ਦੇ ਵਿੱਚ ਆਲਵੇਸ ਇਨਕਰੀਜ਼ ਹੁੰਦੀ ਚਲੀ ਜਾਏਗੀ। ਪ੍ਰਾਈਸ ਅਗਰ ਇੰਨੀ ਤੁਹਾਡੀ 10 ਰੁਪਏ ਤਾਂ ਸਪਲਾਈ ਵੀ 10-20 ਹੋਗੀ ਤਾਂ ਸਪਲਾਈ ਵੀ 20 ਹੋ ਜਾਂਦੀ। ਇੱਦਾਂ ਪੁਆਇੰਟ ਲਗਾ ਕੇ ਤੁਸੀਂ ਲਾਈਨ ਸਿੱਧੀ ਬਣਾਓਗੇ ਉਹਦੀ, ਜੋ ਤੁਸੀਂ ਵੈਲਿਊ ਲਾਓਗੇ, 3-4 ਵੈਲਿਊ ਲਓ, ਉਹਦਾ ਤੁਹਾਨੂੰ ਡਿਮਾਂਡ ਕਰਵ ਵੀ ਬਣਾ, ਸੋਰੀ ਸਪਲਾਈ ਕਰਵ ਵੀ ਬਣਾ ਕੇ ਦਿਖਾਉਣਾ ਪਏਗਾ, ਪਲੱਸ ਉਹਨੂੰ ਡਿਫਾਈਨ ਵੀ ਕਰਨਾ ਪਏਗਾ। ਡਿਫਾਈਨ ਕੁਝ ਅਲੱਗ ਤੋਂ ਨਹੀਂ ਕਰਨਾ, ਸਾਰੇ ਪੁਆਇੰਟ ਉਹੀ ਲਿਖਣੇ ਆ। ਅਗਰ ਪ੍ਰਾਈਸ 10 ਰੁਪਏ ਸੀ ਤਾਂ ਸਪਲਾਈ ਵੀ 10 ਰੁਪਏ ਹੋਈ, ਪ੍ਰਾਈਸ 20 ਹੋਈ ਤਾਂ ਸਪਲਾਈ ਵੀ 20 ਹੋਈ, ਆਪਣੀ ਲੈਂਗੁਏਜ ਦੇ ਵਿੱਚ ਉਹਨੂੰ ਡਿਫਾਈਨ ਕਰਨਾ, ਫਿਰ ਉਹਦੇ ਪੂਰੇ ਨੰਬਰ ਮਿਲਣਗੇ, ਠੀਕ ਹੈ ਜੀ। ਜੇ ਲਾਅ ਆਫ ਸਪਲਾਈ ਆਏਗਾ ਤਾਂ ਆਹੀ ਰੱਟਾ ਮਾਰੀਏ ਕਾਪੀ। ਹਾਂਜੀ ਹਾਂਜੀ, ਤੁਹਾਨੂੰ ਇਹੀ ਪੁੱਛੇਗਾ ਲਾਅ ਆਫ ਸਪਲਾਈ ਦਾ, ਫਿਰ ਲਾਅ ਆਫ ਡਿਮਾਂਡ ਮੋਸਟਲੀ ਆਂਦਾ ਹੀ ਹੈ ਇਦਾਂ ਦਾ ਕੁਐਸਚਨ, ਠੀਕ ਹੈ। ਆਹੀ ਜਿਹੜਾ ਇੰਡੈਕਸ ਦੇ ਤੇ ਕਰਵ ਬਣੀ ਆਈ। ਹਾਂਜੀ ਹਾਂਜੀ, ਸੇਮ ਸੇਮ ਸੇਮ, ਬਿਲਕੁਲ। ਨੈਕਸਟ ਤੁਹਾਡੇ ਕੋਲ ਹੈਗਾ ਮਾਰਕੀਟ ਇਕੁਲਿਬ੍ਰਮ। ਪੇਜ ਨੰਬਰ 34 ਮਾਰਕੀਟ ਇਕੁਲਿਬ੍ਰਮ ਦੇਖੋ ਕੀ ਹੁੰਦਾ ਹੈ। ਕੋਈ ਗੱਲ ਨੀ, ਹੋ ਜਾਏਗਾ ਕੰਪਲੀਟ, ਹੋ ਜਾਏਗਾ ਕੀ ਹੋ ਜਾਏਗਾ। ਮਾਰਕੀਟ ਇਕੁਲਿਬ੍ਰਮ ਕੀ ਹੁੰਦਾ ਹੈ, ਜਦੋਂ ਸਾਡੀ ਕੁਆਂਟਿਟੀ ਆਫ ਡਿਮਾਂਡ ਔਰ ਕੁਆਂਟਿਟੀ ਆਫ ਸਪਲਾਈ ਦੋਨੋਂ ਇੱਕ ਪੁਆਇੰਟ ਦੇ ਉੱਪਰ ਆ ਜਾਂਦੇ ਹੈਗੇ, ਠੀਕ ਹੈ। ਜਦੋਂ ਸਾਡੀ ਕੁਆਂਟਿਟੀ ਡਿਮਾਂਡ ਔਰ ਕੁਆਂਟਿਟੀ ਸਪਲਾਈਜ਼ ਹੋਏ ਇੱਕ ਪੁਆਇੰਟ ਦੇ ਉੱਪਰ ਆ ਜਾਂਦੇ ਹਾਂ, ਅਸੀਂ ਉਹਨੂੰ ਕਹਿੰਦੇ ਹੈਗੇ ਹਾਂ ਇਕੁਲਿਬ੍ਰਮ ਪੁਆਇੰਟ, ਜਾਂ ਫਿਰ ਮਾਰਕੀਟ ਇਕੁਲਿਬ੍ਰਮ ਪੁਆਇੰਟ ਵੀ ਕਹਿ ਸਕਦੇ ਹੈਗੇ। ਮਾਰਕੀਟ ਇਕੁਲਿਬ੍ਰਮ ਦੇ ਵਿੱਚ 3 ਪੁਆਇੰਟ ਹੋਣਗੇ, ਮੀਨਸ 3 ਪ੍ਰਕਾਰ ਦੀਆਂ ਗੱਲਾਂ ਹੋ ਸਕਦੀਆਂ। ਦੇਖੋ ਸਭ ਤੋਂ ਪਹਿਲੇ ਉਹਨਾਂ ਲਿਖਿਆ, ਵੈਨ ਕੁਆਂਟਿਟੀ ਡਿਮਾਂਡ ਇਜ਼ ਗ੍ਰੇਟਰ ਦੈਨ ਦੀ ਕੁਆਂਟਿਟੀ ਸਪਲਾਈਡ, ਪ੍ਰਾਈਸ ਟੈਂਡ ਟੂ ਰਾਈਜ਼। ਜਦੋਂ ਕੁਆਂਟਿਟੀ ਡਿਮਾਂਡ ਜਦੋਂ ਰਾਈਜ਼ ਜ਼ਿਆਦਾ ਹੁੰਦੀ ਹੈ ਤਾਂ ਕੰਡਰ ਸਪਲਾਈ ਵੀ, ਹੁਣ ਕੁਆਂਟਿਟੀ ਡਿਮਾਂਡ ਔਰ ਸਪਲਾਈ ਜ਼ਿਆਦਾ ਹੁੰਦੀ ਤਾਂ ਪ੍ਰਾਈਸ ਵੀ ਰਾਈਜ਼ ਹੁੰਦੀਆਂ ਹੈਗੀਆਂ ਨੇ। ਵੈਨ ਦੀ ਕੁਆਂਟਿਟੀ ਸਪਲਾਈਜ਼ ਗ੍ਰੇਟਰ ਦੈਨ ਦੀ ਕੁਆਂਟਿਟੀ ਡਿਮਾਂਡ ਦਾ ਪ੍ਰਾਈਸ ਫੈਲ, ਜਦੋਂ ਕਹਿੰਦਾ ਕੁਆਂਟਿਟੀ ਡਿਮਾਂਡ ਜੋ ਹੈ ਸਪਲਾਈ ਨਾਲੋਂ ਜ਼ਿਆਦਾ ਹੁੰਦੀ ਤਾਂ ਪ੍ਰਾਈਸ ਜੋ ਹੈ ਫਲ ਮਤਲਬ ਘੱਟ ਜਾਂਦੀ, ਫਲ ਮਤਲਬ ਗਿਰਨਾ। ਹਾਂਜੀ ਹਾਂਜੀ, ਫਿਰ ਘੱਟ ਜਾਂਦੀ ਹੈਗੀ ਹੈ। ਫਿਰ ਮਾਰਕੀਟ ਦੀ ਗੱਲ ਲਿਖੀ ਹੈ, ਲਾਰਜ ਦਾ ਡਿਫਰੈਂਸ ਬਿਟਵੀਨ ਕੁਆਂਟਿਟੀ ਸਪਲਾਈਜ਼ ਐਂਡ ਕੁਆਂਟਿਟੀ ਡਿਮਾਂਡਰ ਦਾ ਗ੍ਰੇਟਰ ਪ੍ਰੈਸ਼ਰ ਔਨ ਦੀ ਪ੍ਰਾਈਸ ਰਾਈਸ ਔਰ ਫਾਲ। ਜਦੋਂ ਕਹਿੰਦਾ ਮਾਰਕੀਟ ਦੇ ਵਿੱਚ ਪ੍ਰੈਸ਼ਰ ਜ਼ਿਆਦਾ ਹੁੰਦਾ ਡਿਮਾਂਡ ਦਾ ਵੀ ਪ੍ਰਾਈਸਿਸ ਔਰ ਸੋਰੀ ਸਪਲਾਈ ਦਾ ਵੀ, ਤਾਂ ਡਿਮਾਂਡ ਜੋ ਹੈ ਤੁਹਾਡੀ ਜਾਂ ਫਿਰ ਪ੍ਰਾਈਸ ਜੋ ਹੈ ਘੱਟ ਵੱਧ ਜਾਂਦੀ ਹੈਗੀ, ਉਹ ਪ੍ਰੈਸ਼ਰ ਦੇ ਉੱਪਰ ਡਿਪੈਂਡ ਕਰਦਾ ਹੈਗਾ। ਅਗਰ ਪ੍ਰੈਸ਼ਰ ਜ਼ਿਆਦਾ ਹੋਏਗਾ ਪ੍ਰਾਈਸ ਇਨਕਰੀਜ਼ ਹੋਣਗੀਆਂ, ਮੀਨਸ ਲੋਕ ਜ਼ਿਆਦਾ ਡਿਮਾਂਡ ਕਰ ਰਹੇ ਹੈਗੇ ਕਿਸੇ ਪ੍ਰੋਡਕਟ ਲਈ, ਅਗਰ ਪ੍ਰੈਸ਼ਰ ਘੱਟ ਹੋਏਗਾ ਤਾਂ ਪ੍ਰਾਈਸ ਜੋ ਹੈ ਘੱਟ ਹੋਣਗੀਆਂ। ਇਕੁਲਿਬ੍ਰਮ ਪੁਆਇੰਟ ਉਦੋਂ ਆਉਂਦਾ ਹੈਗਾ ਜਦੋਂ ਕੀ ਹੈ ਸਾਡੀ ਕਿਸੇ ਵੀ ਦੋਨੋਂ ਸਪਲਾਈ ਔਰ ਡਿਮਾਂਡ ਜੋ ਹੈ ਇੱਕ ਪੁਆਇੰਟ ਤੇ ਆ ਕੇ ਟੱਕਰਦੀ ਹੈਗੀ। ਜਿਵੇਂ ਦੇਖੋ ਇਹਨਾਂ ਨੇ ਗ੍ਰਾਫ ਬਣਾਇਆ ਹੈਗਾ, ਇੱਕ ਪੁਆਇੰਟ ਦੇ ਉੱਪਰ ਦੇਖੋ ਇੱਕ ਸਪਲਾਈ ਦਾ ਕਰਵ, ਇੱਕ ਡਿਮਾਂਡ ਦਾ ਕਰਵ ਹੈਗਾ, ਇੱਕ ਜਗ੍ਹਾ ਉਹ ਕੱਟ ਹੋ ਰਿਹਾ ਹੈਗਾ, ਜਿਸ ਜਗ੍ਹਾ ਤੇ ਕੱਟ ਹੋ ਰਿਹਾ ਉਹਨੂੰ ਅਸੀਂ ਕਹਿੰਦੇ ਹੈਗੇ ਇਕੁਲਿਬ੍ਰਮ ਪੁਆਇੰਟ, ਸ਼ੋ ਹੋ ਰਿਹਾ ਨਾ ਤੁਹਾਡੇ ਗ੍ਰਾਫ ਦੇ ਵਿੱਚ। ਤਾਂ ਅਸੀਂ ਇੱਕ ਗ੍ਰਾਫ ਬਣਾਉਣਾ ਹੈ, ਉਹਦੇ ਵਿੱਚ ਪ੍ਰਾਈਸ ਇੰਡੈਕਸ ਬਣਾਵਾਂਗੇ, ਜਿਸ ਪ੍ਰਾਈਸ ਇੰਡੈਕਸ ਤੇ ਜਾ ਕੇ ਦੋਨੋਂ ਚੀਜ਼ਾਂ ਕੱਟਣਗੀਆਂ, ਅਸੀਂ ਉਹਨੂੰ ਕਹਾਂਗੇ ਇਕੁਲਿਬ੍ਰਮ ਪੁਆਇੰਟ। ਜਦੋਂ ਕਿ ਮਾਰਕੀਟ ਦੇ ਵਿੱਚ ਹਰ ਪਰਸਨ ਨੂੰ ਹੁੰਦਾ ਵੀ ਨਾ ਤਾਂ ਸਾਨੂੰ ਪ੍ਰੋਫਿਟ ਹੋ ਰਿਹਾ ਔਰ ਨਾ ਸਾਨੂੰ ਲੋਸ ਹੋ ਰਿਹਾ, ਅਸੀਂ ਉਸ ਪੁਆਇੰਟ ਤੇ ਖੜੇ ਹੁੰਦੇ ਹਾਂ। ਅਗਰ ਅੱਗੇ ਨੂੰ ਵਧਾਂਗੇ ਤਾਂ ਪ੍ਰੋਫਿਟ ਹੋ ਜਾਏਗਾ, ਨੀਚੇ ਨੂੰ ਜਾਵਾਂਗੇ ਤਾਂ ਲੋਸ ਹੋ ਜਾਏਗਾ, ਠੀਕ ਹੈ ਜੀ। ਇਹਨੂੰ ਤੁਸੀਂ ਇਸ ਤਰ੍ਹਾਂ ਡਿਫਾਈਨ ਕਰੋਗੇ, ਇਹ ਹੈਗਾ ਤੁਹਾਡਾ ਮਾਰਕੀਟ ਇਕੁਲਿਬ੍ਰਮ ਪੁਆਇੰਟ। ਨੈਕਸਟ ਤੁਹਾਡੇ ਕੋਲ ਆਉਂਦਾ 2 ਨੰਬਰ ਦੇ ਵਿੱਚ, ਕਈ ਵਾਰ ਕੁਐਸਚਨ ਆ ਜਾਂਦਾ ਪ੍ਰਾਈਸ ਸੀਲਿੰਗ ਐਂਡ ਪ੍ਰਾਈਸ ਫਲੋਰ। ਪ੍ਰਾਈਸ ਸੀਲਿੰਗ ਐਂਡ ਪ੍ਰਾਈਸ ਫਲੋਰ ਕੀ ਹੁੰਦਾ? ਪ੍ਰਾਈਸ ਸੀਲਿੰਗ ਇੱਕ ਇੱਦਾਂ ਦੀ ਕੰਡੀਸ਼ਨ ਹੁੰਦੀ ਹੈ ਜਦੋਂ ਡਿਸਾਈਡ ਕੀਤਾ ਜਾਂਦਾ ਕਿ ਜਿਹੜੀਆਂ ਪ੍ਰਾਈਸਿਸ ਨੇ ਇਕੁਲਿਬ੍ਰਮ ਪੁਆਇੰਟ ਤੋਂ ਨੀਚੇ ਰੱਖੀਆਂ ਜਾਣਗੀਆਂ, ਅਸੀਂ ਉਹਨੂੰ ਕਹਿੰਦੇ ਹੈਗੇ ਹਾਂ ਪ੍ਰਾਈਸ ਸੀਲਿੰਗ, ਠੀਕ ਹੈ ਜੀ। ਸਮਝ ਗਏ ਨਾ, ਇਕੁਲਿਬ੍ਰਮ ਪੁਆਇੰਟ ਤੋਂ ਜਦੋਂ ਅਸੀਂ ਫਿਕਸ ਕਰ ਦਿੰਦੇ ਹੈਗੇ ਹਾਂ ਵੀ ਸਾਡੀਆਂ ਪ੍ਰਾਈਸਿਸ ਇੱਥੇ ਕਿ ਹੀ ਰਹਿਣਗੀਆਂ, ਇਸ ਤੋਂ ਉੱਪਰ ਨਹੀਂ ਜਾਣਗੀਆਂ, ਲੇਕਿਨ
ਹੌਲੀ ਹੌਲੀ ਕਦੀ ਕਦੀ ਵਧਣਗੀਆਂ, ਅਸੀਂ ਉਹਨੂੰ ਕਹਿੰਦੇ ਹਾਂ ਪ੍ਰਾਈਸ ਸੀਲਿੰਗ। ਉਸਨੂੰ ਜ਼ਿਆਦਾਤਰ ਜਿਹੜਾ ਇਗਜ਼ਾਮਪਲ ਤੁਸੀਂ ਲਓਗੇ, ਗੌਰਮੈਂਟ ਜ਼ਿਆਦਾਤਰ ਫਿਕਸ ਯੂਜ਼ ਕਰਦੀ ਹੈਗੀ ਵੀ ਅਸੀਂ ਰੇਟ ਇੱਥੇ ਹੀ ਰੱਖਣੇ ਹੈਗੇ। ਇਗਜ਼ਾਮਪਲ ਜਿਵੇਂ ਇਹਨਾਂ ਨੇ ਤੁਹਾਨੂੰ ਦਿੱਤੀ ਹੈਗੀ, ਦੇਖੋ ਦੇਰ ਆਰ ਮੈਨੀ ਇਗਜ਼ਾਮਪਲ ਪ੍ਰਾਈਸ ਸੀਲਿੰਗ, ਮੋਸਟ ਪ੍ਰਾਈਸ ਸੀਲਿੰਗ ਇਨਵੋਲਵ ਦੀ ਗੌਰਮੈਂਟ ਇਨ ਸਮ ਵੇ। ਗੌਰਮੈਂਟ ਜੋ ਹੈ ਜ਼ਿਆਦਾਤਰ ਇਹਨਾਂ ਦਾ ਕੰਡੀਸ਼ਨ ਯੂਜ਼ ਕਰਦੀ ਹੈਗੀ ਹੈ ਵੀ ਟੀਚਾ ਉਹਨਾਂ ਦਾ ਰੱਖਿਆ ਹੁੰਦਾ ਵੀ ਅਸੀਂ ਇੱਥੇ ਕੰਡੀਸ਼ਨ ਰੱਖਾਂਗੇ, ਇੰਨੀ ਪ੍ਰਾਈਸ ਸਾਰੀਆਂ ਪ੍ਰਾਈਸਿਸ ਇਸ ਤੋਂ ਨੀਚੇ ਹੀ ਹੋਣਗੀਆਂ। ਇਗਜ਼ਾਮਪਲ ਲਿਖਿਆ ਉਹਨਾਂ ਨੇ, ਇਨ ਮੈਨੀ ਸਿਟੀਜ਼ ਦੇਅਰ ਆਰ ਰੈਂਟ ਕੰਟਰੋਲ। ਜ਼ਿਆਦਾਤਰ ਇਲਾਕੇ ਜਿੱਥੇ ਜ਼ਿਆਦਾਤਰ ਤੁਸੀਂ ਮੰਨ ਕੇ ਚੱਲੋ ਜਿਵੇਂ ਚੰਡੀਗੜ੍ਹ ਮੋਹਾਲੀ ਹੋ ਗਿਆ, ਅਪਾਰਟਮੈਂਟ ਵਗੈਰਾ ਬਣੇ ਨੇ, ਉੱਥੇ ਇੱਦਾਂ ਦੀ ਕੰਡੀਸ਼ਨ ਹੁੰਦੀ ਹੈ ਪ੍ਰਾਈਸ ਸੀਲਿੰਗ ਦੀ। ਦਿਸ ਮੀਨ ਦੀ ਮੈਕਸੀਮਮ ਰੈਂਟ ਡੈਟ ਦੀ ਕੈਨ ਬੀ ਰੀਚਾਰਜ ਇਜ਼ ਸੈੱਟ ਬਾਈ ਦੀ ਗਵਰਨਮੈਂਟ ਏਜੰਸੀ। ਜਿਹੜਾ ਮੈਕਸੀਮਮ ਰੈਂਟ ਹੋਏਗਾ ਗਵਰਨਮੈਂਟ ਏਜੰਸੀ ਚਾਰਜ ਕਰਦੀ ਹੈ, ਜ਼ਿਆਦਾਤਰ ਰੇਟ ਵੀ ਉਹੀ ਸੈੱਟ ਕਰਨਗੀਆਂ। ਦਿਸ ਰੈਂਟ ਇਜ਼ ਯੂਜ਼ਲੀ ਅਲਾਊਡ ਟੂ ਰਾਈਜ਼ ਏ ਸਰਟਨ ਪਰਸੈਂਟ ਈਚ ਈਅਰ ਟੂ ਕੀਪ ਅਪ ਦੀ ਇਨਫਲੇਸ਼ਨ। ਹਰੇਕ ਸਾਲ ਕੁਛ ਨਾ ਕੁਛ ਇਨਕਰੀਜ਼ ਹੁੰਦਾ ਚਲਾ ਜਾਏਗਾ ਇਨਫਲੇਸ਼ਨ ਨੂੰ ਦੇਖਦੇ ਹੋਏ। ਰੈਂਟ ਇਜ਼ ਬਿਲੋ ਦੀ ਇਕਲਿਬਰਮ ਪੁਆਇੰਟ। ਇਕਲਿਬਰ ਪੁਆਇੰਟ ਤੋਂ ਕਿਰਾਇਆ ਜੋ ਹਮੇਸ਼ਾ ਕਹਿੰਦਾ ਘੱਟ ਹੀ ਰੱਖਿਆ ਜਾਂਦਾ। ਤੁਸੀਂ ਮੰਨ ਕੇ ਚੱਲੋ ਮਾਰਕੀਟ ਦੇ ਵਿੱਚ ਜਿਵੇਂ ਅਸੀਂ ਫਲੋਰ ਲੈਣ ਜਾਂਦੇ ਤਾਂ ਇੱਕ ਏਰੀਆ ਦੇ ਉਹਨਾਂ ਨੇ ਫਿਕਸ ਰੱਖਿਆ ਹੁੰਦਾ ਵੀ ਇਸ ਏਰੀਏ ਦਾ 200 ਰੁਪਏ ਕਿਰਾਇਆ ਹੋਏਗਾ ਮਹੀਨੇ ਦਾ, ਅਸੀਂ ਉੱਪਰ ਅਪਾਰਟਮੈਂਟ ਚੱਲੇ ਗਏ ਥੱਲੇ ਰਹਿ ਗਏ, ਉਸ ਹਿਸਾਬ ਨਾਲ ਰੱਖਿਆ ਹੁੰਦਾ। ਲੇਕਿਨ ਅਗਰ ਉਸ ਤੋਂ ਉੱਪਰ ਜਦੋਂ ਜ਼ਿਆਦਾ ਚਾਰਜ ਹੋਣ ਲੱਗ ਜਾਂਦਾ, ਉਹਦਾ ਮਤਲਬ ਇਹਨਾਂ ਡਿਮਾਂਡ ਵੀ ਜ਼ਿਆਦਾ ਹੁੰਦੀ ਹੈ, ਫਿਰ ਕੀ ਬਲੈਕ ਮਾਰਕੀਟ ਦਾ ਕੰਮ ਸ਼ੁਰੂ ਹੋ ਜਾਂਦਾ। ਇਗਜ਼ਾਮਪਲ ਤੁਸੀਂ ਰੇਲਵੇ ਟਿਕਟ ਸੀ ਲਗਾ ਲਓ, ਤੁਸੀਂ ਟਿਕਟ ਲੈਣੀ ਹੈਗੀ ਫਿਕਸ ਹੈ, ਇੰਨਾ ਹੀ ਰੇਟ ਹੈ ਉਹਦਾ। ਜਦੋਂ ਸਾਡੇ ਕੋਲ ਇਹ ਚੀਜ਼ ਖਤਮ ਹੋ ਜਾਂਦੀ ਹੈ, ਫਿਰ ਕੀ ਹੈ ਬਲੈਕ ਮਾਰਕੀਟ ਸ਼ੁਰੂ ਹੋ ਜਾਂਦੀ ਹੈ। ਨੋਰਮਲੀ ਸਾਰੇ ਪਰਸਨ ਤੁਹਾਨੂੰ ਕਹਿੰਦੇ ਹੈਗੇ ਆ ਇਕੁਲਿਬ੍ਰਮ ਪੁਆਇੰਟ ਤੋਂ ਥੱਲੇ ਸੀਗੀਆਂ ਵੀ ਅਸੀਂ ਇੰਨੇ ਦੀ ਟਿਕਟ ਸੇਲ ਕਰਨੀ ਹੈ, ਜਦੋਂ ਉੱਪਰ ਚਲਾ ਜਾਂਦਾ ਤਾਂ ਕੀ ਹੈ ਬਲੈਕ ਮਾਰਕੀਟ ਸਟਾਰਟ ਹੋ ਜਾਂਦੀ ਹੈ, ਫਿਰ ਸਾਨੂੰ ਐਕਸਟਰਾ ਪੈਸੇ ਦੇ ਕੇ ਪੇ ਕਰਨਾ ਪੈਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਪ੍ਰਾਈਸ ਫਲੋਰ। ਪ੍ਰਾਈਸ ਫਲੋਰ ਹੋ ਜਾਂਦਾ ਜਦੋਂ ਕਿ ਇਕੁਲਿਬ੍ਰਮ ਪੁਆਇੰਟ ਤੋਂ ਉੱਪਰ ਪ੍ਰਾਈਸ ਰੱਖੀਆਂ ਜਾਂਦੀਆਂ ਹੈਗੀਆਂ ਨੇ। ਇਹਨੂੰ ਵੀ ਜ਼ਿਆਦਾਤਰ ਮੋਸਟਲੀ ਗੌਰਮੈਂਟ ਹੀ ਯੂਜ਼ ਕਰਦੀ ਹੈਗੀ ਹੈ, ਜਿਵੇਂ ਕਿ ਇਗਜ਼ਾਮਪਲ ਤੁਸੀਂ ਮੰਨ ਕੇ ਚੱਲੀ ਇਹਦੇ 'ਚ ਫਿਕਸ ਅਮਾਊਂਟ ਹੁੰਦੀ ਹੈ ਵੀ ਇਕੁਲਿਬ੍ਰਮ ਪੁਆਇੰਟ ਹੁੰਦੀ ਹੈ, ਵੇਜਿਸ ਇਹਦੀ ਇਗਜ਼ਾਮਪਲ ਹੈਗੀ ਹੈ। ਗੌਰਮੈਂਟ ਨੇ ਫਿਕਸ ਕੀਤਾ ਹੋਇਆ ਵੀ ਹਰੇਕ ਕੰਪਨੀ ਦੇ ਵਿੱਚ ਜਾਂ ਫਿਰ ਹਰੇਕ ਫੈਕਟਰੀ 'ਚ ਮਿਨੀਮਮ ਵੇਜਿਸ ਇੰਨੀਆਂ ਰਹਿਣਗੀਆਂ ਹੀ ਰਹਿਣਗੀਆਂ। ਉਸ ਤੋਂ ਉੱਪਰ ਵੀ ਹੋ ਸਕਦੀਆਂ ਹੈਗੀਆਂ, ਲੇਕਿਨ ਇੱਕ ਰੇਟ ਫਿਕਸ ਹੈਗਾ, ਉਸ ਤੋਂ ਘੱਟ ਨਹੀਂ ਦਿੱਤੀਆਂ ਜਾਂਦੀਆਂ। ਤਾਂ ਮੋਸਟਲੀ ਜ਼ਿਆਦਾਤਰ ਤੁਸੀਂ ਕੰਪਨੀ ਦੇਖੋਗੇ ਨੋਰਮਲੀ ਜਾਓਗੇ ਤਾਂ ਵੇਜਿਸ 8,000 ਤੋਂ ਸਟਾਰਟਿੰਗ ਸਭ ਨੂੰ ਕਰਦੇ ਹੀ ਹੈਗੀਆਂ। ਕੁਛ ਹੀ ਇੱਦਾਂ ਦੀਆਂ ਹੋਣਗੀਆਂ ਕੰਪਨੀਆਂ ਜਿਹੜੀਆਂ ਕਿ ਮੀਨਸ ਹਾਲੇ ਰੂਲ ਫੋਲੋ ਨਹੀਂ ਕਰਦੀਆਂ ਹੈਗੀਆਂ, ਜਿੱਦਾਂ ਸਭ ਦੇ ਵਿੱਚ ਇੱਕ ਰੇਟ ਫਿਕਸ ਹੈ, ਉਹਨੂੰ ਕੀ ਇਕੁਲਿਬ੍ਰਮ ਪੁਆਇੰਟ ਉਹਨਾਂ ਨੇ ਪਹਿਲਾਂ ਰੱਖਣਾ, ਸਾਨੂੰ ਇੱਥੇ ਜਾ ਕੇ ਪ੍ਰੋਬਲਮ ਹੁੰਦਾ ਅਸੀਂ ਉੱਪਰ ਇੱਕ ਹਰੇਕ ਪਰਸਨ ਦੇ ਸਕਦੇ ਹਾਂ। ਲੋਸ ਦਾ ਰੇਸ਼ੋ ਉਹਨਾਂ ਨੇ ਪਹਿਲਾਂ ਤੋਂ ਬਣਾ ਕੇ ਰੱਖੀ ਹੁੰਦੀ ਹੈ ਵੀ ਅਸੀਂ ਇੰਨੇ ਪਰਸਨ ਰੱਖਾਂਗੇ ਤਾਂ ਸਾਨੂੰ ਫਾਇਦਾ ਹੋਣਾ ਹੀ ਹੈ, ਤਾਂ ਉਸ ਦੇ ਅਕੋਰਡਿੰਗ ਰੇਟ ਸੈੱਟ ਹੈ ਵੀ ਸਭ ਨੂੰ 8,000 ਮਿਲਣੀ ਹੈ ਜਾਂ ਕੁਛ ਹੀ ਮਿਲਦੀ ਹੈ। ਇਹਦੀ ਇਗਜ਼ਾਮਪਲ ਤੁਸੀਂ ਲਿਖੋਗੇ ਵੇਜਿਸ। ਜਦੋਂ ਪ੍ਰਾਈਸਿਸ ਜੋ ਹੈ ਇਕੁਲਿਬ੍ਰਮ ਪੁਆਇੰਟ ਤੋਂ ਉੱਪਰ ਰੱਖੀਆਂ ਫਿਕਸ ਕੀਤੀਆਂ ਜਾਂਦੀਆਂ ਨੇ ਤਾਂ ਉਹ ਪ੍ਰਾਈਸ ਫਲੋਰ ਹੋਏਗਾ, ਅਗਰ ਡਾਊਨ ਰੱਖੀਆਂ ਜਾਂਦੀਆਂ ਤਾਂ ਹੋਣਗੀਆਂ ਪ੍ਰਾਈਸ ਸੇਲਿੰਗ, ਠੀਕ ਹੈ। ਇਹ ਕੁਸ਼ਚਨ ਜਿਹੜਾ ਮੋਸਟਲੀ ਦੋ ਦੋ ਨੰਬਰ ਦੇ ਵਿੱਚ ਆਉਂਦਾ ਹੈਗਾ। ਤੁਹਾਡਾ ਕਿਹੜਾ ਟੋਪਿਕ ਰਹਿ ਗਿਆ ਇਹਦੇ ਵਿੱਚ? ਸ਼ਿਫਟ ਐਂਡ ਮੂਵਮੈਂਟ ਆਫ ਸਪਲਾਈ ਕਰਵ, ਠੀਕ ਹੈ। ਇਹ ਕਹਿੰਦਾ ਕਿੱਦਾਂ ਸ਼ਿਫਟ ਹੁੰਦੇ ਆ ਔਰ ਮੂਵਮੈਂਟ ਹੁੰਦੀ ਹੈਗੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਹੈਗੀਆਂ। ਦੇਖੋ ਸਭ ਤੋਂ ਪਹਿਲਾਂ ਕੀ ਪ੍ਰਾਈਸ ਆਫ ਇਨਪੁੱਟ, ਮਤਲਬ ਕੀ ਸ਼ਿਫਟ ਐਂਡ ਮੂਵਮੈਂਟ ਆਫ ਸਪਲਾਈ ਕਰਵ, ਜਿਹੜੇ ਸਪਲਾਈ ਕਰਵ ਹੈ ਉੱਪਰ ਨੂੰ ਵੱਧਦੇ ਆ ਜਾਂ ਨੀਚੇ ਨੂੰ ਆਉਂਦੇ ਆ ਉਹ ਕਿਸ ਤਰ੍ਹਾਂ ਹੁੰਦੇ ਹੈਗੇ, ਉਹ ਤਿੰਨ ਚਾਰ ਕੰਡੀਸ਼ਨ ਦੇ ਉੱਪਰ ਡਿਪੈਂਡ ਕਰਦੇ ਹੈਗੇ। ਸਭ ਤੋਂ ਪਹਿਲਾਂ ਹੈਗਾ ਪ੍ਰਾਈਸ ਆਫ ਇਨਪੁੱਟਸ, ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਇਨਪੁੱਟਸ ਨੇ, ਜਿਹੜੀ ਚੀਜ਼ ਤੋਂ ਮੰਨ ਲਓ ਤੁਸੀਂ ਕੋਈ ਗੁੱਡਸ ਬਣਾਉਣੀ ਹੈ, ਉਹਨਾਂ ਦੀ ਪ੍ਰਾਈਸ ਦੇ ਉੱਪਰ ਡਿਪੈਂਡ ਕਰਦਾ ਹੈ, ਠੀਕ ਹੈ। ਸਪਲਾਈ ਕਰੋ, ਅਗਰ ਤੁਸੀਂ ਹੁਣ ਮੰਨ ਲਓ ਇਨਪੁੱਟ ਮੈਨ ਲੇਬਰ ਮਸ਼ੀਨਰੀ ਕੁਛ ਵੀ ਹੋ ਗਿਆ, ਲੈਂਡ ਹੋ ਗਿਆ, ਉਹ ਤੁਹਾਡੇ ਕੋਲ ਹੈ ਹੀ ਨਹੀਂ, ਅਗਰ ਹੈਗੀ ਹੈ ਤਾਂ ਤੁਹਾਨੂੰ ਜ਼ਿਆਦਾ ਦੀ ਲੋੜ ਪੈ ਰਹੀ ਹੈ, ਤੁਸੀਂ ਸਪਲਾਈ ਕਰ ਹੀ ਨਹੀਂ ਪਾਓਗੇ ਕਿਉਂਕਿ ਤੁਹਾਡਾ ਖਰਚਾ ਇਨਕਰੀਜ਼ ਹੋ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਤੁਹਾਡੇ ਕੋਲ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਰੰਟ ਸਟੇਟ ਆਫ ਪ੍ਰੋਡਕਸ਼ਨ ਟੈਕਨੋਲੋਜੀ, ਸਾਡਾ ਜਿਹੜਾ ਪ੍ਰੋਡਕਸ਼ਨ ਦੀ ਟੈਕਨੋਲੋਜੀ ਅਸੀਂ ਕਿਸ ਤਰ੍ਹਾਂ ਯੂਜ਼ ਕਰ ਰਹੇ ਹਾਂ। ਅਗਰ ਅਸੀਂ ਅੱਜ ਦੇ ਹਿਸਾਬ ਨਾਲ ਚੱਲਾਂਗੇ ਤਾਂ ਸਪਲਾਈ ਵੀ ਈਜ਼ੀਲੀ ਕਰ ਲਵਾਂਗੇ, ਕਿਉਂਕਿ ਜਿਹੜੀ ਲੋਕਾਂ ਦੀ ਡਿਮਾਂਡ ਹੋਏਗੀ ਉਹਨੂੰ ਅਸੀਂ ਈਜ਼ੀਲੀ ਪੂਰੀ ਕੰਪਲੀਟ ਕਰ ਲਾਂਗੇ। ਅਗਰ ਉਹੀ ਅਸੀਂ ਪਹਿਲੇ ਵਾਲੇ ਤਰੀਕੇ ਨਾਲ ਚੱਲਦੇ ਰਹੇ, ਅੱਜ ਦੀ ਟੈਕਨੋਲੋਜੀ ਦਾ ਫਿਰ ਨਿਊ ਟੈਕਨੋਲੋਜੀ ਅਡੋਪਟ ਨਹੀਂ ਕਰਦੇ ਤਾਂ ਬਿਜ਼ਨਸ ਜੋ ਹੈ ਆਲਵੇਜ਼ ਸਫਰ ਕਰੇਗਾ, ਫਿਰ ਕੀ ਹੈ ਸਪਲਾਈ ਕਰੋ ਡਾਊਨ ਨੂੰ ਹੀ ਆਏਗਾ ਕਿਉਂਕਿ ਡਿਮਾਂਡ ਹੀ ਨਹੀਂ ਹੋਏਗੀ ਤੁਹਾਡੇ ਚੀਜ਼ਾਂ ਦੀ। ਫਿਰ ਉਸ ਤੋਂ ਬਾਅਦ ਪ੍ਰੋਡਿਊਸਰ ਐਕਸਪੈਕਟੇਸ਼ਨ, ਜਿਹੜਾ ਪਰਸਨ ਗੁੱਡਸ ਬਣਾ ਰਿਹਾ ਉਹ ਕੀ ਐਕਸਪੈਕਟੇਸ਼ਨ ਰੱਖਦਾ ਹੈ, ਮੀਨਸ ਉਹਦੀ ਕੀ ਚੀਜ਼ਾਂ ਹੈਗੀ। ਇਹ ਤਾਂ ਨਹੀਂ ਕੋਈ ਬਿਜ਼ਨਸ ਲਾ ਲੂਗਾ ਬੰਦਾ ਕਿਉਂਕਿ ਕੋਈ ਗੱਲ ਨਹੀਂ, ਜਿੰਨੇ ਪੈਸੇ ਬਚ ਗਏ ਤਾਂ ਕੋਈ ਗੱਲ ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਆਲਵੇਜ਼ ਪਹਿਲਾਂ ਤੋਂ ਓਬਜੈਕਟਿਵ ਹੋਣਗੇ, ਅਗਰ ਉਹ ਓਬਜੈਕਟਿਵ ਅਚੀਵ ਕਰਨ ਦੀ ਸ਼ਮਤਾ ਹੋਏਗੀ ਤਾਂ ਹੀ ਜੋ ਸਪਲਾਈ ਇਨਕਰੀਜ਼ ਹੋ ਸਕਦੀ ਹੈ, ਅਦਰਵਾਈਜ਼ ਸਪਲਾਈ ਜੋ ਹੈ ਡਿਕਰੀਜ਼ ਹੀ ਹੋਏਗੀ। ਨੰਬਰ ਆਫ ਪ੍ਰੋਡਿਊਸਰ ਇਨ ਦੀ ਮਾਰਕੀਟ, ਫਿਰ ਮਾਰਕੀਟ ਦੇ ਵਿੱਚ ਨੰਬਰ ਆਫ ਪ੍ਰੋਡਿਊਸਰ ਵੀ ਡਿਪੈਂਡ ਕਰਦੇ ਹੈਗੇ ਸਪਲਾਈ ਕਰਨ ਲਈ। ਕਿਸ ਤਰ੍ਹਾਂ? ਅਗਰ ਇੱਕੋ ਹੀ ਚੀਜ਼ ਨੂੰ ਬਣਾਉਣ ਵਾਲੇ 5 ਪਰਸਨ ਬੈਠੇ ਹੈਗੇ ਤਾਂ ਸਭ ਨੇ ਆਪਣਾ ਆਪਣਾ ਸਮਾਨ ਵੇਚਣਾ ਹੈਗਾ। ਅਗਰ ਨਹੀਂ ਹੈਗਾ ਮਾਰਕੀਟ ਦੇ